ਪਹਿਲਾਂ ਹੁਣ ਵਿਜੇ ਕਾਲਨਾ ਜੀ ਨੇ ਬਹੁਤ ਅੱਛਾ ਇੱਕ ਮੁੱਦਾ ਚੱਕਿਆ, ਨਸ਼ਿਆਂ ਦਾ ਮੁੱਦਾ। ਆਪਣੇ ਸਾਰੇ ਨੌਜਵਾਨ ਨਸ਼ਿਆਂ ਦੇ ਕਰਕੇ ਮਰਦੇ ਪਏ ਆ। ਤੁਸੀਂ ਹੁਣ ਮੇਰੀ ਇੱਕ ਸਵਾਲ ਦਾ ਜਵਾਬ ਦਿਓ, ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦਾ ਨਾਂ ਨਸ਼ਿਆਂ ਦੀ ਧਰਤੀ ਹੋਏ? ਹਾਂ ਜਾਂ ਨਾ? ਨਾ ਨਾ ਨਹੀਂ ਨਾ। ਤੁਸੀਂ ਆਹ ਕਹਿਣਾ ਚਾਹੁੰਦੇ ਹੋ ਕਿ ਪੰਜਾਬ ਨਸ਼ਾ ਮੁਕਤ ਹੋਏ? ਹਾਂ ਜਾਂ ਨਾ? ਹਾਂ। ਤਾਂ ਫਿਰ ਆਪਾਂ ਜੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਆਪਾਂ ਨੂੰ ਗੁਰਬੀਰ ਸਿੰਘ ਜੀ ਨਾਲ ਜਿਤਾਉਣਾ ਪਊਗਾ। ਪੰਜਾਬ ਨਸ਼ਾ ਮੁਕਤ ਕਰਨ ਲਈ ਆਪਾਂ ਨੂੰ ਤੁਹਾਡੇ ਆਪ ਦਾ ਇੱਕ ਰੋਲ ਲੈਣ ਦੇ, ਤੁਸੀਂ ਇਹਦਾ ਖੁਦ ਇੱਕ ਪਾਰਟ ਹੋ। ਜੇ ਤੁਹਾਡਾ ਮਨ ਹੋਏ ਫਿਰ ਹੀ ਪੰਜਾਬ 'ਚ ਨਸ਼ਾ ਖਤਮ ਹੁੰਦਾ, ਨਹੀਂ ਤਾਂ ਨਹੀਂ ਹੁੰਦਾ। ਧੰਨਵਾਦ, ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ। ਮੇਰੀ ਜਾਣ ਤੋਂ ਪਹਿਲਾਂ ਮੈਂ ਬਸ ਮੈਂ ਕੁਛ ਨਹੀਂ, ਧੰਨਵਾਦ। ਪਹਿਲਾਂ ਹੁਣ ਵਿਜੇ ਕਾਲਨਾ ਜੀ ਨੇ ਬਹੁਤ ਅੱਛਾ ਇੱਕ ਮੁੱਦਾ ਚੱਕਿਆ, ਨਸ਼ਿਆਂ ਦਾ ਮੁੱਦਾ। ਆਪਣੇ ਸਾਰੇ ਨੌਜਵਾਨ ਨਸ਼ਿਆਂ ਦੇ ਕਰਕੇ ਮਰਦੇ ਪਏ ਆ। ਤੁਸੀਂ ਹੁਣ ਮੇਰੀ ਇੱਕ ਸਵਾਲ ਦਾ ਜਵਾਬ ਦਿਓ, ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦਾ ਨਾਂ ਨਸ਼ਿਆਂ ਦੀ ਧਰਤੀ ਹੋਏ? ਹਾਂ ਜਾਂ ਨਾ? ਨਾ ਨਾ ਨਹੀਂ ਨਾ। ਤੁਸੀਂ ਆਹ ਕਹਿਣਾ ਚਾਹੁੰਦੇ ਹੋ ਕਿ ਪੰਜਾਬ ਨਸ਼ਾ ਮੁਕਤ ਹੋਏ? ਹਾਂ ਜਾਂ ਨਾ? ਹਾਂ। ਤਾਂ ਫਿਰ ਆਪਾਂ ਜੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਆਪਾਂ ਨੂੰ ਗੁਰਬੀਰ ਸਿੰਘ ਜੀ ਨਾਲ ਜਿਤਾਉਣਾ ਪਊਗਾ। ਪੰਜਾਬ ਨਸ਼ਾ ਮੁਕਤ ਕਰਨ ਲਈ ਆਪਾਂ ਨੂੰ ਤੁਹਾਡੇ ਆਪ ਦਾ ਇੱਕ ਰੋਲ ਲੈਣ ਦੇ, ਤੁਸੀਂ ਇਹਦਾ ਖੁਦ ਇੱਕ ਪਾਰਟ ਹੋ। ਜੇ ਤੁਹਾਡਾ ਮਨ ਹੋਏ ਫਿਰ ਹੀ ਪੰਜਾਬ 'ਚ ਨਸ਼ਾ ਖਤਮ ਹੁੰਦਾ, ਨਹੀਂ ਤਾਂ ਨਹੀਂ ਹੁੰਦਾ। ਧੰਨਵਾਦ, ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ। ਮੇਰੀ ਜਾਣ ਤੋਂ ਪਹਿਲਾਂ ਮੈਂ ਬਸ ਮੈਂ ਕੁਛ ਨਹੀਂ, ਧੰਨਵਾਦ। ਪਹਿਲਾਂ ਹੁਣ ਵਿਜੇ ਕਾਲਨਾ ਜੀ ਨੇ ਬਹੁਤ ਅੱਛਾ ਇੱਕ ਮੁੱਦਾ ਚੱਕਿਆ, ਨਸ਼ਿਆਂ ਦਾ ਮੁੱਦਾ। ਆਪਣੇ ਸਾਰੇ ਨੌਜਵਾਨ ਨਸ਼ਿਆਂ ਦੇ ਕਰਕੇ ਮਰਦੇ ਪਏ ਆ। ਤੁਸੀਂ ਹੁਣ ਮੇਰੀ ਇੱਕ ਸਵਾਲ ਦਾ ਜਵਾਬ ਦਿਓ, ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦਾ ਨਾਂ ਨਸ਼ਿਆਂ ਦੀ ਧਰਤੀ ਹੋਏ? ਹਾਂ ਜਾਂ ਨਾ? ਨਾ ਨਾ ਨਹੀਂ ਨਾ। ਤੁਸੀਂ ਆਹ ਕਹਿਣਾ ਚਾਹੁੰਦੇ ਹੋ ਕਿ ਪੰਜਾਬ ਨਸ਼ਾ ਮੁਕਤ ਹੋਏ? ਹਾਂ ਜਾਂ ਨਾ? ਹਾਂ। ਤਾਂ ਫਿਰ ਆਪਾਂ ਜੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਆਪਾਂ ਨੂੰ ਗੁਰਬੀਰ ਸਿੰਘ ਜੀ ਨਾਲ ਜਿਤਾਉਣਾ ਪਊਗਾ। ਪੰਜਾਬ ਨਸ਼ਾ ਮੁਕਤ ਕਰਨ ਲਈ ਆਪਾਂ ਨੂੰ ਤੁਹਾਡੇ ਆਪ ਦਾ ਇੱਕ ਰੋਲ ਲੈਣ ਦੇ, ਤੁਸੀਂ ਇਹਦਾ ਖੁਦ ਇੱਕ ਪਾਰਟ ਹੋ। ਜੇ ਤੁਹਾਡਾ ਮਨ ਹੋਏ ਫਿਰ ਹੀ ਪੰਜਾਬ 'ਚ ਨਸ਼ਾ ਖਤਮ ਹੁੰਦਾ, ਨਹੀਂ ਤਾਂ ਨਹੀਂ ਹੁੰਦਾ। ਧੰਨਵਾਦ, ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ। ਮੇਰੀ ਜਾਣ ਤੋਂ ਪਹਿਲਾਂ ਮੈਂ ਬਸ ਮੈਂ ਕੁਛ ਨਹੀਂ, ਧੰਨਵਾਦ।